ਇੱਕ ਅਵਾਰਾ ਪਸ਼ੂ ਦੇ ਕਰਕੇ ਸੜਕ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜਿਹੜੀ ਜਾਨ ਹੈ ਉਹ ਚਲੀ ਜਾਂਦੀ ਹੈ। ਉਸ ਸਭ ਤੋਂ ਜ਼ਿਆਦਾ ਗਊਆਂ ਜਿਹੜੀਆਂ ਉੱਥੇ ਬੈਠੀਆਂ ਹੁੰਦੀਆਂ ਨੇ, ਜਦਕਿ ਉੱਥੇ ਇੱਕ ਵੀ ਗਊ ਮਾਤਾ ਨਹੀਂ ਹੋਣੀ ਚਾਹੀਦੀ। ਕਿਸ਼ਨ ਜੀ ਦੇ ਇਸ਼ਟ ਨੇ, ਬਹੁਤ ਪ੍ਰਿਯ ਨੇ ਗਊ ਮਾਤਾ, ਅਤੇ ਬਾਹਰ ਉਹੀ ਅਸੀਂ ਦੇਖਦੇ ਹਾਂ ਮੰਦਰ ਤੋਂ ਬਾਹਰ ਆ ਕੇ ਕਿ ਕੂੜਾ ਖਾਂਦੇ ਹੈ। ਲੇਕਿਨ ਹਾਲੇ ਤੱਕ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਗਊਸ਼ਾਲਾ ਨਾ ਖੁੱਲ੍ਹੀ ਆ। ਟੂ ਵੀਲਰ ਅਤੇ ਫੋਰ ਵੀਲਰ ਅਤੇ ਸ਼ਰਾਬ ਦੀ ਬੋਤਲ ਅਤੇ ਅੰਗਰੇਜ਼ੀ ਅਤੇ ਦੇਸੀ ਅਤੇ ਸੀਮੈਂਟ ਦੀ ਇੱਕ ਬੋਰੀ ਅਤੇ ਈਵਨ ਕਿ ਬਿਜਲੀ ਦੇ ਬਿੱਲ 'ਤੇ ਵੀ ਜਿਹੜਾ ਵਾ ਕਾਉਸ ਹੈ ਜਿਹੜਾ ਲਿਆ ਜਾ ਰਿਹਾ। ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕੋ ਗਊਸ਼ਾਲਾ ਪੂਰੀ ਸਰਕਾਰੀ ਖੁੱਲ੍ਹੇਗੀ ਅੰਮ੍ਰਿਤਸਰ ਦੇ ਵਿੱਚ, ਉਹ ਵੀ ਅਸੀਂ 2019 'ਚ ਧਰਨਾ ਲਾਇਆ ਅਤੇ ਵੈਸਟ ਹਲਕੇ ਦੇ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਦੀ ਕੋਟੀ ਦਾ ਖਰਾਬ ਕੀਤਾ। ਸਨਾਤਨ ਦੇ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ, ਪਰ ਇਹਨਾਂ ਗਊਆਂ ਨੂੰ ਜਦੋਂ ਅਵਾਰਾ ਛੱਡ ਦਿੱਤਾ ਜਾਂਦਾ ਸੜਕਾਂ 'ਤੇ ਤਾਂ ਇਹ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ। ਹੁਣ ਤੱਕ ਬਹੁਤ ਸਾਰੇ ਲੋਕ ਸੜਕੀ ਹਾਦਸਿਆਂ ਦੇ ਵਿੱਚ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ, ਤਾਂ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਕੁਝ ਲੋਕ ਜਿਹੜੇ ਨੇ ਇਸ ਮੁੱਦੇ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਨੇ। ਹਾਲਾਂਕਿ ਅੱਜ ਇੱਥੋਂ ਭੁੱਖ ਹੜਤਾਲ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਕਾਰਨ ਇਹ ਹੈ ਕਿ ਬੀਤੇ ਦਿਨਾਂ ਦੇ ਵਿੱਚ ਕੁਝ ਹਾਦਸੇ ਹੋਏ ਔਰ ਕੁਝ ਮਹੀਨੇ ਪਹਿਲਾਂ ਇੱਕ ਅਵਾਰਾ ਪਸ਼ੂ ਦੇ ਕਰਕੇ ਸੜਕ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਜਿਹੜੀ ਜਾਨ ਹੈ ਉਹ ਚਲੀ ਜਾਂਦੀ ਹੈ। ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ, ਪਰ ਉਸ ਮਾਮਲੇ ਨੂੰ ਲੈ ਕੇ ਨਾ ਤਾਂ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਔਰ ਨਾ ਹੀ ਸੜਕਾਂ ਦੇ ਉੱਤੇ ਘੁੰਮਦੇ ਅਵਾਰਾ ਪਸ਼ੂਆਂ ਦਾ ਕੋਈ ਠੋਸ ਹੱਲ ਕੱਢਿਆ ਗਿਆ। ਤਾਂ ਜਿਹੜੇ ਵੀਰ ਇੱਥੇ ਭੁੱਖ ਹੜਤਾਲ 'ਤੇ ਅੱਜ ਬੈਠੇ ਨੇ, ਰੋਹਨ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅੱਜ ਕੀ ਕਾਰਨ ਬਣਿਆ ਕਿ ਤੁਹਾਨੂੰ ਸੜਕਾਂ 'ਤੇ ਆ ਕੇ ਭੁੱਖ ਹੜਤਾਲ ਸ਼ੁਰੂ ਕਰਨੀ ਪਈ? ਹਾਲਾਂਕਿ ਸਨਾਤਨ ਦੇ ਵਿੱਚ ਅਸੀਂ ਗਊ ਨੂੰ ਮਾਂ ਦਾ ਦਰਜਾ ਦਿੰਦੇ ਹਾਂ। ਬਿਲਕੁਲ ਸਰ, ਅਸੀਂ 13 ਜੁਲਾਈ ਨੂੰ ਵੀ ਇਸ ਮੁੱਦੇ 'ਤੇ ਜਿਹੜੇ ਬੈਠੇ ਸੀਗੇ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਗਊਆਂ ਜਿਹੜੀਆਂ ਉੱਥੇ ਬੈਠੀਆਂ ਹੁੰਦੀਆਂ ਨੇ, ਜਦਕਿ ਉੱਥੇ ਇੱਕ ਵੀ ਗਊ ਮਾਤਾ ਨਹੀਂ ਹੋਣੀ ਚਾਹੀਦੀ, ਕਿਉਂਕਿ ਅਸੀਂ ਮਾਤਾ ਕਹਿੰਦੇ ਹਾਂ, ਅੰਦਰ ਅਸੀਂ ਨੰਦੀ ਜੀ ਨੂੰ ਜਲ ਚੜ੍ਹਾ ਰਹੇ ਹਾਂ। ਕਿਸ਼ਨ ਜੀ ਦੇ ਇਸ਼ਟ ਨੇ, ਬਹੁਤ ਪ੍ਰਿਯ ਨੇ ਗਊ ਮਾਤਾ, ਅਤੇ ਬਾਹਰ ਉਹੀ ਅਸੀਂ ਦੇਖਦੇ ਹਾਂ ਮੰਦਰ ਤੋਂ ਬਾਹਰ ਆ ਕੇ ਕਿ ਕੂੜਾ ਖਾਂਦੇ ਹੈ। ਅਸੀਂ ਇਸ ਚੀਜ਼ ਦੀ ਆਵਾਜ਼ ਕਾਫੀ ਸਾਲਾਂ ਤੋਂ ਚੁੱਕਦੇ ਆਏ ਹਾਂ, 2016 ਤੋਂ ਜਦੋਂ ਦਾ ਕਾਉਸੈਸ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸੀਗਾ, ਆਪਣਾ ਬੀਜੇਪੀ ਅਕਾਲੀ ਸਰਕਾਰ ਨੇ 2016 ਸ਼ੁਰੂ ਕੀਤਾ, 2017 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਆਈ ਹੈ, ਉਹਨਾਂ ਨੂੰ ਅਸੀਂ ਕਾਫੀ ਦੇਰ ਤੋਂ ਅਪੀਲ ਕਰ ਰਹੇ ਹਾਂ ਇਸ ਚੀਜ਼ ਦੀ। ਹੁਣ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਅਸੀਂ ਖੁਦ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੀ ਸੋਚ 'ਤੇ ਜਿਹੜਾ ਅਸੀਂ ਵੋਟਾਂ ਪਾਈਆਂ ਨੇ ਆਪਣੇ ਫੋਲੋਅਰਸ ਨੂੰ ਕਹਿ ਦਈਏ, ਸਾਰੇ ਪਸ਼ੂ ਪ੍ਰੇਮੀਆਂ ਨੂੰ, ਗਊ ਭਗਤਾਂ ਨੂੰ, ਲੇਕਿਨ ਅੱਜ ਸਾਨੂੰ ਵੇਖਣ ਨੂੰ ਕੀ ਮਿਲ ਰਿਹਾ ਕਿ ਜਿਹੜਾ 550 ਗਊਸ਼ਾਲਾ ਪੂਰੇ ਪੰਜਾਬ ਦੇ ਵਿੱਚ ਖੁੱਲ੍ਹਣੀ ਸੀ, ਜਿਹੜਾ ਕਰੋੜਾਂ ਦਾ ਕਾਉਸ ਹੈ ਇਕੱਠਾ ਕਰ ਰਹੀ ਹੈ ਸਰਕਾਰ, ਲੇਕਿਨ ਹਾਲੇ ਤੱਕ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਗਊਸ਼ਾਲਾ ਨਾ ਖੁੱਲ੍ਹੀ ਹੈ ਨਾ ਕੋਈ। ਪੰਜਾਬ ਦੇ ਲੋਕ ਇਸ ਖਬਰ ਨੂੰ ਦੇਖਣਗੇ, ਸਭ ਤੋਂ ਪਹਿਲਾਂ ਤਾਂ ਮੈਂ ਸਧਾਰਨ ਸ਼ਬਦਾਂ 'ਚ ਜਾਣਨਾ ਚਾਹੁੰਦਾ ਕਿ ਕਾਉਸੈਸ ਹੈ ਕਿ, ਹਾਲਾਂਕਿ ਅਕਾਲੀ ਬੀਜੇਪੀ ਦੀ ਸਰਕਾਰ ਦੇ ਵਿੱਚ ਇਹ ਸ਼ੁਰੂ ਹੋਇਆ ਸੀ, ਜਦੋਂ ਅਸੀਂ ਕੋਈ ਵੀ ਚਾਹੇ ਬਿਜਲੀ ਦਾ ਬਿੱਲ ਹੈ, ਕੋਈ ਵੀ ਬਿੱਲ, ਕੋਈ ਚੀਜ਼ ਖਰੀਦਦੇ ਹਾਂ ਤਾਂ ਇਹ ਟੈਕਸ, ਹਾਲਾਂਕਿ ਲੋਕਾਂ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਉਹ ਟੈਕਸ ਹੈ ਕੀ? ਸਰ, ਇਹ ਕਾਉਸੈਸ ਜਿਹੜਾ ਵਾ ਸ਼ੁਰੂ ਕੀਤਾ ਗਿਆ ਸੀਗਾ ਵੀ ਜਿਹੜੀਆਂ ਸੜਕਾਂ 'ਤੇ ਗਊਆਂ ਨੇ ਇਹਨਾਂ ਦੀ ਦੇਖ ਰੇਖ ਵਾਸਤੇ, ਦੇਖ ਰੇਖ ਕਿਹਦੀ ਹੋਏਗੀ, ਗਊਆਂ ਦੀ ਵੀ ਹੋਏਗੀ ਅਤੇ ਪਬਲਿਕ ਦੀ ਸੇਫਟੀ ਹੋਏਗੀ। ਅਤੇ 550 ਗਊਸ਼ਾਲਾ ਦਾ ਜਿਹੜਾ ਟਾਰਗੇਟ ਰੱਖਿਆ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ,
ਲੇਕਿਨ ਕਾਉਸੈਸ ਸ਼ੁਰੂ ਕਿਤੇ ਕੀਤਾ ਗਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਦਾ। ਜਿਹੜਾ ਆਪਣੇ ਸ਼ੋਰੂਮ ਨੇ ਜਿਹੜੇ ਆਪਣਾ ਏਸੀ ਹਾਲ ਮੈਰਿਜ ਪੈਲੇਸ ਉਹਨਾਂ ਤੇ, ਨੌਨ ਏਸੀ ਪੈਲੇਸ ਤੇ, ਟੂ ਵੀਲਰ ਤੇ, ਫੋਰ ਵੀਲਰ ਤੇ, ਸ਼ਰਾਬ ਦੀ ਬੋਤਲ ਤੇ, ਅੰਗਰੇਜ਼ੀ ਤੇ, ਦੇਸੀ ਤੇ, ਸੀਮੈਂਟ ਦੀ ਇੱਕ ਬੋਰੀ ਤੇ, ਈਵਨ ਕਿ ਬਿਜਲੀ ਦੇ ਬਿੱਲ ਤੇ ਵੀ ਜਿਹੜਾ ਵਾ ਕਾਉਸੈਸ ਜਿਹੜਾ ਲਿਆ ਜਾ ਰਿਹਾ। ਮੈਂ ਕਹਾਂਗਾ ਪੰਜਾਬ ਸਰਕਾਰ ਇੰਨੀ ਵੱਡੀ ਠੱਗੀ ਕਰਦੀ ਆ ਰਹੀ ਹੈ ਪੰਜਾਬ ਦੀ ਜਨਤਾ ਕੋਲ ਕਿ 2017 ਤੋਂ ਲੈ ਕੇ ਹੁਣ 2024 ਚੱਲ ਗਿਆ। ਇਹਦੇ ਵਿੱਚ ਇਹ ਵੀ ਕੋਈ ਸੀਗਾ ਕਿ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਦੇ ਲਈ ਕੋਈ ਸ਼ੈਲਟਰ ਬਣਾਏ ਜਾਣੇ, ਕੀ ਗੁਰੂ ਨਗਰੀ ਦੇ ਵਿੱਚ ਕੋਈ ਸ਼ੈਲਟਰ ਬਣੇ? ਬਿਲਕੁਲ ਸਰ, ਤੁਸੀਂ ਆਨਲਾਈਨ ਗੂਗਲ ਤੇ ਅੱਜ ਵੀ ਸਰਚ ਕਰ ਲਓਗੇ ਗਊ ਸੇਵਾ ਕਮਿਸ਼ਨ ਜਿਹੜੀ ਪੰਜਾਬ ਸਰਕਾਰ ਵੱਲੋਂ, ਉਹਦੇ ਚ ਵੀ ਮੈਂਸ਼ਨ ਹੈ ਕਿ 550 ਜਿਹੜੀ ਗਊਸ਼ਾਲਾ ਪੰਜਾਬ ਸਰਕਾਰ ਨਾਲ ਮਿਲ ਕੇ ਗਊ ਸੇਵਾ ਕਮਿਸ਼ਨ ਇਸ ਚੀਜ਼ ਤੇ ਕੰਮ ਕਰੇਗੀ। ਲੇਕਿਨ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕੋ ਗਊਸ਼ਾਲਾ ਪੂਰੀ ਸਰਕਾਰੀ ਖੋਲੇਗੀ ਅੰਮ੍ਰਿਤਸਰ ਦੇ ਵਿੱਚ, ਉਹ ਵੀ ਅਸੀਂ 2019 ਚ ਧਰਨਾ ਲਾਇਆ ਤੇ ਵੈਸਟ ਹਲਕੇ ਦੇ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਦੀ ਕੋਟੀ ਦਾ ਖਰਾਬ ਕੀਤਾ, 2 ਕਰੋੜ ਤੋਂ ਉੱਪਰ ਜਿਹੜਾ ਸੈਂਕਸ਼ਨ ਕਰਾਇਆ। ਅੱਜ ਜਿਹੜੀ ਗਊਸ਼ਾਲਾ ਦੇ ਵਿੱਚ 300 ਗਊਆਂ ਹੈ, ਲੇਕਿਨ ਉਸ ਤੋਂ ਬਾਅਦ ਵੀ ਅਸੀਂ ਚੁੱਪ ਨਹੀਂ ਬੈਠੇ ਵੀ ਇੱਕ ਗਊਸ਼ਾਲਾ ਖੋਲਣ ਨਾਲ ਪੂਰੇ ਅੰਮ੍ਰਿਤਸਰ ਦੀਆਂ ਗਊਆਂ ਜਿਹੜੀਆਂ ਨਹੀਂ ਰੱਖੀਆਂ। ਜ਼ਿਕਰ ਕੀਤਾ ਦੁਰਗਿਆਣਾ ਮੰਦਿਰ ਦਾ, ਦੁਨੀਆਂ ਭਰ ਤੋਂ ਜਿਹੜਾ ਟੂਰਿਸਟ ਹੈ ਜਾਂ ਸ਼ਰਧਾਲੂ ਜਿਹੜੇ ਨੇ ਉਹ ਆਉਂਦੇ ਨੇ, ਤਾਂ ਕੀ ਇੱਕ ਪ੍ਰਭਾਵ ਗੁਰੂ ਨਗਰੀ ਦਾ ਲੈ ਕੇ ਜਾਂਦੇ? ਕਿਉਂਕਿ ਕੂੜੇ ਦੇ ਢੇਰ ਵੀ ਉੱਥੇ ਨਜ਼ਰ ਆਉਂਦੇ ਆ, ਪਰ ਗਊ ਨੂੰ ਲੈ ਕੇ, ਕਿਉਂਕਿ ਭਾਰਤ ਦੇ ਵਿੱਚ ਜਦੋਂ ਆਉਂਦਾ ਤਾਂ ਗਊ ਇੱਕ ਬਹੁਤ ਸਨਮਾਨਿਤ ਸ਼ਬਦ ਹੈ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਗਊਆਂ ਸੜਕਾਂ ਤੇ ਘੁੰਮ ਰਹੀਆਂ ਨੇ, ਉਦੋਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਪੂਰੇ ਦੇਸ਼ ਦਾ ਗਲਤ ਪ੍ਰਭਾਵ ਜਾਂਦਾ? ਬਿਲਕੁਲ ਸਰ, ਸਭ ਤੋਂ ਜ਼ਿਆਦਾ ਇੰਪ੍ਰੈਸ਼ਨ ਜਿਹੜਾ ਵਾ ਅੰਮ੍ਰਿਤਸਰ ਦਾ, ਬੈਡ ਇੰਪ੍ਰੈਸ਼ਨ ਮੈਂ ਕਹਾਂਗਾ, ਕਿਉਂਕਿ ਸਮਾਰਟ ਸਿਟੀਆਂ ਦੇ ਵਿੱਚ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਵੀ ਸਮਾਰਟ ਸਿਟੀ ਅਸੀਂ ਇਹਨੂੰ ਬਣਾਉਣਾ ਵਾ, ਕਰੋੜਾਂ ਰੁਪਈਆ ਜਿਹੜਾ ਜਾਰੀ ਵੀ ਕੀਤਾ ਗਿਆ, ਲੇਕਿਨ ਸਮਾਰਟ ਸਿਟੀ ਦੇ ਵਿੱਚ ਕੀ ਸਭ ਤੋਂ ਪਹਿਲਾਂ ਸੜਕਾਂ ਦੇ ਉੱਪਰ ਗਊਆਂ ਦੀ ਸੁਰੱਖਿਆ ਨਹੀਂ ਹੈ? ਸਮਾਰਟ ਸਿਟੀ ਦੇ ਵਿੱਚ ਕੀ ਬੜਾ ਗੰਦਾ ਇੰਪ੍ਰੈਸ਼ਨ ਨਹੀਂ ਜਾਂਦਾ ਜਦੋਂ ਗਊਆਂ ਜਿਹੜੀਆਂ ਵਾ ਕੂੜਾ ਖਾਂਦੇ, ਪਰ ਟੂਰਿਸਟ ਵੇਖਦੇ ਆ, ਇੰਟਰਨੈਸ਼ਨਲ ਜਿਹੜੇ ਲੋਕ ਬਾਹਰੋਂ ਵੀ ਆਉਂਦੇ ਨੇ, ਤੇ ਉਹਨਾਂ ਦੇ ਵਿੱਚੋਂ ਮੈਂ ਕਹਾਂਗਾ ਪੰਜਾਬ ਗਵਰਨਮੈਂਟ ਦਾ ਬਹੁਤ ਵੱਡਾ ਫੇਲੀਅਰ ਹੈ। ਅਹਿਮ ਚੀਜ਼ ਤੁਹਾਡੇ ਨਾਲ ਮੈਂ ਦੇਖ ਰਿਹਾ ਕਿ ਇੱਕ ਭੈਣ ਜੀ ਬੈਠੇ ਹੋਏ ਨੇ, ਇੱਕ ਤਸਵੀਰ ਉਹਨਾਂ ਦੇ ਕੋਲ ਹੈ, ਤਾਂ ਇਹ ਕੀ ਮਾਮਲਾ ਹੈ ਔਰ ਇਹਨਾਂ ਦਾ ਇੱਥੇ ਆਉਣ ਦਾ ਕੀ ਮਕਸਦ ਹੈ? ਦੇਖੋ ਸਰ, ਇਹਨਾਂ ਦਾ ਮਕਸਦ ਇਹ ਹੈ ਕਿ 26 ਜੂਨ ਨੂੰ ਇਹਨਾਂ ਦੇ ਹਸਬੈਂਡ ਜਦੋਂ ਕੰਮ ਤੋਂ ਵਾਪਸ ਆ ਰਹੇ ਸੀ, ਦੁਰਗਿਆਣਾ ਮੰਦਿਰ ਦੀ ਹੀ ਬੈਕ ਸਾਈਡ ਪੈਂਦੀ ਹੈ, ਵਾਪਸ ਆ ਰਹੇ ਸੀਗੇ ਤੇ ਉੱਥੇ ਇੱਕ ਗਊ ਮਾਤਾ ਨਾਲ ਜਿਹੜਾ ਵਾ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੁੰਦਾ ਵਾ, ਇਹਨਾਂ ਦੇ ਹਸਬੈਂਡ ਜਿਹੜੇ ਵਾਪਸ ਆ ਰਹੇ ਸੀ, ਸਿਰ ਤੇ ਸੱਟ ਲੱਗਦੀ ਹੈ, ਉਹਨਾਂ ਨੂੰ ਹੌਸਪੀਟਲ ਜਿਹੜਾ ਲਿਜਾਇਆ ਜਾਂਦਾ, ਲੇਕਿਨ 2 ਤਰੀਕ ਨੂੰ ਉਹਨਾਂ ਦੇ ਇਲਾਜ ਦੇ ਦੌਰਾਨ ਜਿਹੜੀ ਆ ਸੱਟ ਜ਼ਿਆਦਾ ਸੀ, ਉਹਨਾਂ ਦੀ ਡੈਥ ਹੋ ਗਈ, ਤੇ 11 ਜੁਲਾਈ ਨੂੰ ਇਸ ਭੈਣ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਇੱਕ ਦਿੱਤਾ ਸੀ ਕਿ ਮੇਰੇ 2 ਛੋਟੇ ਬੱਚੇ ਨੇ, ਤੁਸੀਂ ਗੁੜੀਆ ਦੇਖ ਸਕਦੇ ਹੋ, 1 ਸਾਲ ਦੀ ਗੁੜੀਆ ਵਾ ਇਹਨਾਂ ਦੀ ਤੇ 7 ਸਾਲ ਦਾ ਬੇਟਾ। ਪੰਜਾਬ ਦੀ ਜਨਤਾ ਜਿਹੜੀ ਹੈ ਕਾਉਸੈਸ ਇਸ ਲਈ ਭਰ ਰਹੀ ਹੈ ਕਿਉਂਕਿ ਅਸੀਂ ਸੁਰੱਖਿਅਤ ਲਈਏ, ਜਨਤਾ ਸੁਰੱਖਿਅਤ ਰਹੇ, ਇਸ ਕਰਕੇ ਨਹੀਂ ਭਰ ਰਹੀ ਕਿ ਸਵੇਰੇ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕੰਮ ਤੇ ਵੀ ਪਹੁੰਚਣਾ ਕਿ ਨਹੀਂ ਪਹੁੰਚਣਾ ਜਾਂ ਵਾਪਸ ਘਰ ਆਉਣਾ ਕਿ ਨਹੀਂ ਆਉਣਾ। ਅੱਜ ਅਸੀਂ ਇਸ ਭੈਣ ਦੇ ਨਾਲ ਆਏ ਹਾਂ ਕਿਉਂਕਿ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਵਾ, ਮੈਂ ਭੁੱਖ ਹੜਤਾਲ ਤੇ ਵੀ ਇਸੇ ਕਰਕੇ ਬੈਠਾ ਵਾਂ ਵੀ ਜਿਹੜੀ ਜਗ੍ਹਾ ਤੋਂ ਉਹੀ ਜਗ੍ਹਾ ਵਾ ਜਿਹਦੇ ਅਸੀਂ ਪਹਿਲਾਂ ਭੁੱਖ ਹੜਤਾਲ ਤੇ ਬੈਠੇ ਸੀ 13 ਜੁਲਾਈ ਨੂੰ। ਕੀ ਤੁਹਾਡੇ ਕੋਲ ਪ੍ਰੂਫ ਹੈ ਕਿ ਉਹ ਗਊ ਜਾਂ ਕਿਸੇ ਅਵਾਰਾ ਪਸ਼ੂ ਦੇ ਨਾਲ ਹੀ ਹੱਥ? FIR ਦੇ ਵਿੱਚ ਪੁਲਿਸ ਨੇ ਬਕਾਇਦਾ ਲਿਖਿਆ ਹੋਇਆ ਵੀ ਅਸੀਂ ਫੁਟੇਜ ਵੇਖੀ ਹੈ ਤੇ ਮੁੰਡੇ ਦਾ ਐਕਸੀਡੈਂਟ ਜਿਹੜਾ ਵਾ ਗਊ ਨਾਲ ਹੋਇਆ ਵਾ, ਪ੍ਰੋਪਰ ਸਾਡੇ ਕੋਲ ਪ੍ਰੂਫ ਹੈਗੇ ਆ, ਪੁਲਿਸ ਪ੍ਰਸ਼ਾਸਨ ਜਿਹੜੀ ਇਸ ਚੀਜ਼ ਦੀ ਗਵਾਹ। ਪਹਿਲਾਂ ਭੈਣ ਜੀ ਦੇ ਨਾਲ ਵੀ ਗੱਲ ਕਰ ਲਾਂ, ਤੁਹਾਡੇ ਨਾਲ ਵੀ ਕਰਦਾ, ਤਾਂ ਇਹ ਵੀਰ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਔਰ ਕਾਰਨ ਇਹ ਹੈ ਕਿ ਦੁਰਗਿਆਣਾ ਮੰਦਿਰ ਦੇ ਨੇੜੇ ਜਿੱਥੋਂ ਦੀ ਇਹ ਗੱਲ ਕਰ ਰਹੇ ਨੇ ਤਾਂ ਉੱਥੇ ਬਹੁਤ ਸਾਰੇ ਅਵਾਰਾ ਪਸ਼ੂ ਘੁੰਮਦੇ ਨੇ। ਭੈਣ ਜੀ ਦੇ ਨਾਲ ਗੱਲ ਕਰਦੇ ਹਾਂ, ਕੀ ਪੂਰਾ ਉਸ ਦਿਨ ਹਾਦਸਾ ਹੋਇਆ ਔਰ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਅਵਾਰਾ ਪਸ਼ੂ ਦੇ ਨਾਲ ਤੁਹਾਡੇ ਪਤੀ, ਔਰ ਕੀ ਕੰਮ ਕਰਦੇ ਸੀ ਔਰ ਇਸ ਵੇਲੇ ਘਰ ਦੇ ਕੀ ਹਾਲਾਤ ਨੇ? ਸਰ, 26 ਜੂਨ ਨੂੰ ਇੱਕ ਗਾਂ ਦੇ ਅੱਗੇ ਆਉਣ ਦੇ ਨਾਲ ਮੇਰੇ ਹਸਬੈਂਡ ਦਾ ਐਕਸੀਡੈਂਟ ਹੋਇਆ। ਪੁਲਿਸ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਵੱਲੋਂ ਸਾਨੂੰ ਉਹਨਾਂ ਦੇ ਫੋਨ ਤੋਂ ਕਾਲ ਆਉਂਦੀ ਹੈ ਕਿ ਤੁਹਾਡੇ ਹਸਬੈਂਡ ਦਾ ਐਕਸੀਡੈਂਟ ਹੋਇਆ,
ਤੇ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹਾਂ ਤੇ ਸਾਨੂੰ ਵੀ ਪਹੁੰਚਣ ਨੂੰ ਉੱਥੇ ਕਿਹਾ ਗਿਆ ਸੀ। ਅਸੀਂ ਪਹੁੰਚੇ ਤੇ ਉਹਨਾਂ ਨੂੰ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਸੀਗੀ, ਉਹਨਾਂ ਨੂੰ ਐਡਮਿਟ ਕਰਾਇਆ ਗਿਆ ਤੇ ਅਗਲੇ ਹੀ ਦਿਨ ਅਸੀਂ ਜਦੋਂ ਜਾ ਕੇ ਚੈੱਕ ਕੀਤਾ ਗਿਆ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਉਸਦੀ ਰਿਕਾਰਡਿੰਗ 'ਚ ਸਾਨੂੰ ਪਤਾ ਲੱਗਾ ਕਿ ਇੱਕ ਗਾਂ ਦੇ ਅੱਗੇ ਆਉਣ ਦੇ ਨਾਲ ਉਹਨਾਂ ਦੇ ਹਾਦਸਾ ਹੋਇਆ ਤੇ ਐਕਸੀਡੈਂਟ ਦਾ ਕਾਰਨ ਇੱਕ ਗਾਂ ਬਣੀ ਹੈ। 2 ਜੁਲਾਈ ਨੂੰ ਸਰ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਸਰ। ਸਾਡੇ 2 ਛੋਟੇ ਛੋਟੇ ਬੱਚੇ ਸੀਗੇ, 1 7 ਸਾਲ ਦਾ ਬੇਟਾ ਔਰ 1 ਸਾਲ ਦੀ ਬੇਟੀ ਹੈ। ਕੀ ਕੰਮ ਕੀ ਕਰਦੇ ਸੀ ਤੁਹਾਡੇ ਪਾਸ? ਉਹ ਬੈਂਕ ਦੀ ਕਲੈਕਸ਼ਨ ਸੀਗੀ ਸਰ, ਪ੍ਰਾਈਵੇਟ ਜੋਬ ਕਰਦੇ ਸੀਗੇ ਤੇ ਇਕੱਲੇ ਹੀ ਕਮਾਉਣ ਵਾਲੇ ਸੀਗੇ ਉਸ ਟਾਈਮ ਦੇ ਉੱਤੇ। ਪਰਿਵਾਰ ਦੇ ਹਾਲਾਤ ਕੀ ਹੈ? ਪਰਿਵਾਰ ਦੇ ਹਾਲਾਤ ਸਰ ਹਜੇ ਤੇ ਬਹੁਤ ਖਰਾਬ ਨੇ। ਅਸੀਂ ਸਰਕਾਰ ਨੂੰ ਮੰਗ ਕੀਤੀ ਸੀ ਕਿ ਮੇਰੇ ਬੱਚਿਆਂ ਦੇ ਫਿਊਚਰ ਨੂੰ ਸਿਕਿਓਰ ਕਰਨ ਲਈ ਸਾਡਾ ਕੋਈ ਮਦਦ ਕੀਤੀ ਜਾਵੇ ਤੇ, ਬਟ ਉਹ ਹਜੇ ਤੱਕ ਸਾਨੂੰ ਕੋਈ ਸੁਣਵਾਈ ਨਹੀਂ ਹੋਈ ਸਰ। ਤੇ ਡਾਕਟਰ ਰੋਹਨ ਮਹਿਰਾ ਜੀ ਨੇ ਸਾਨੂੰ ਆਸ਼ਵਾਸਨ ਦਿਲਵਾਇਆ ਕਿ ਉਹ ਸਾਡਾ ਬਣਦਾ ਹੱਕ ਸਾਨੂੰ ਦਿਵਾਉਣਗੇ ਸਰ। ਹੁਣ ਬੱਚੇ ਜਿਸ ਤਰ੍ਹਾਂ ਜਦੋਂ ਪਿਓ ਦਾ ਸਾਇਆ ਸਿਰ ਤੋੜ ਜਾਂਦਾ, ਕਿਉਂਕਿ ਬੱਚਿਆਂ ਦਾ ਫਿਊਚਰ ਦਾਅ ਦੇ ਉੱਤੇ ਹੈ, ਬੱਚਿਆਂ ਦੀ ਪੜ੍ਹਾਈ ਹੈ, ਬੇਟੀ ਬਹੁਤ ਛੋਟੀ ਹਾਲੇ, ਤਾਂ ਕਿੱਦਾਂ ਹੁਣ ਅੱਗੇ ਕੀ ਜੇਕਰ ਸਰਕਾਰੀ ਮਦਦ ਨਹੀਂ ਮਿਲਦੀ ਤਾਂ ਬਹੁਤ ਔਖਾ ਹੈ ਪਰਿਵਾਰ ਦਾ? ਹਾਂਜੀ ਸਰ, ਜੇ ਸਰਕਾਰੀ ਮਦਦ ਨਾਲ ਬੱਚਿਆਂ ਦਾ ਫਿਊਚਰ ਸਿਕਿਓਰ ਹੋ ਸਕਦਾ। ਦੇਖੋ ਅੱਜ ਦੇ ਟਾਈਮ ਤੇ ਜਿੰਨੇ ਜੀ ਨੇ ਉਹਨਾਂ ਨੂੰ ਕਮਾਉਣਾ ਹੀ ਪੈਂਦਾ ਹੈ, ਜਿੰਨੇ ਮਹਿੰਗਾਈ ਵੱਧ ਰਹੀ ਹੈ। ਅਸੀਂ ਵੀ ਕੰਮ ਕਰਨਾ ਚਾਹ ਰਹੇ ਹਾਂ, ਬਟ ਇਸ ਟਾਈਮ ਤੇ ਜੋ ਸਾਡੇ ਘਰ ਦੇ ਹਾਲਾਤ ਨੇ, ਅਸੀਂ ਜੇ ਮੈਂ ਕੰਮ ਤੇ ਜਾਂਦੀ ਹਾਂ ਤੇ ਮੇਰੇ ਬੱਚੇ ਪਿੱਛੋਂ ਪਰੇਸ਼ਾਨ ਹੁੰਦੇ ਨੇ। ਇਸ ਲਈ ਅਸੀਂ ਸਰਕਾਰ ਕੋ ਇਹ ਮੰਗ ਕਰਦੇ ਹਾਂ ਕਿ ਸਾਨੂੰ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਥੋੜੀ ਦੇਰ ਲਈ ਸਾਨੂੰ ਥੋੜੀ ਸਮਝੇ ਕਿ ਜਿੱਦਾਂ ਇੱਕ ਅਵਾਰਾ ਪਸ਼ੂ ਦੇ ਨਾਲ ਤੁਹਾਡੇ ਪਤੀ ਦੀ ਬਾਈਕ ਟਕਰਾਈ ਤਾਂ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਸੜਕਾਂ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਘੁੰਮਦੇ? ਬਿਲਕੁਲ ਸਰ, ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ। ਅਗਰ ਸਰਕਾਰ ਨੂੰ ਅਸੀਂ ਇੰਨਾ ਇੰਨਾ ਟੈਕਸ ਦਿੰਦੇ ਹਾਂ, ਇਨਕਮ ਟੈਕਸ ਦਿੰਦੇ ਹਾਂ, ਪ੍ਰੋਫੈਸ਼ਨਲ ਟੈਕਸ ਦਿੰਦੇ ਹਾਂ, ਕਾਉਸੈਸ ਦਿੰਦੇ ਹਾਂ, ਤਾਂ ਸਰਕਾਰ ਨੂੰ ਹੁਣ ਜਾਗ ਲੈਣਾ ਚਾਹੀਦਾ ਹੈ ਕਿ ਸ਼ਾਇਦ ਉਹਨਾਂ ਦੀ ਲਾਪਰਵਾਹੀ ਕਾਰਨ ਹੀ ਇਹ ਹਾਦਸੇ ਜਾਂ ਮੌਤ ਹੋਈ ਹੈ ਸਰ। ਬਿਲਕੁਲ, ਇਹ ਪਹਿਲਾਂ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਵੀਰ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਤਾਂ ਇਸੇ ਸਾਲ ਦੇ ਜੂਨ ਮਹੀਨੇ ਦੇ ਵਿੱਚ ਜੋ ਇਹ ਵੀਰ ਹੈ ਆਪਣੇ ਘਰ ਤੋਂ ਨਿਕਲਦਾ ਹੈ ਆਪਣੀ ਜੌਬ ਦੇ ਲਈ, ਪਰ ਰਸਤੇ ਦੇ ਵਿੱਚ ਇੱਕ ਅਵਾਰਾ ਗਾਂ ਜਾਂ ਕੋਈ ਵੀ ਪਸ਼ੂ ਸੀ ਤਾਂ ਉਸ ਦੇ ਨਾਲ ਬਾਈਕ ਟਕਰਾਉਂਦੀ ਹੈ ਔਰ ਪਰਿਵਾਰ ਨੂੰ ਇਹ ਖਬਰ ਮਿਲਦੀ ਹੈ ਕਿ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੈ, ਤਾਂ ਛੋਟੀ ਬੱਚੀ ਤੁਸੀਂ ਦੇਖ ਸਕਦੇ ਹੋ ਔਰ 1 7 ਸਾਲ ਦਾ ਇਹਨਾਂ ਦਾ ਬੇਟਾ ਹੈ, ਤਾਂ ਘਰ ਦੇ ਵਿੱਚ ਕਮਾਉਣ ਵਾਲਾ ਇਹੀ ਵੀਰ ਸੀ, ਤਾਂ ਉਹਨਾਂ ਦਾ ਕਹਿਣਾ ਕਿ ਇਸ ਦੁਨੀਆ ਤੋਂ ਜਦੋਂ ਉਹ ਚਲਾ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਪਰਿਵਾਰ ਦੇ ਲਈ ਬਹੁਤ ਔਖੇ ਜਿਹੜੇ ਦਿਨ ਨੇ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ। ਹਾਲਾਂਕਿ ਉਸ ਵੇਲੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਭਰੋਸਾ ਜ਼ਰੂਰ ਦਿੱਤਾ ਗਿਆ ਸੀ, ਪਰ ਅੱਜ ਵੀ ਇਹ ਪਰਿਵਾਰ ਜੋ ਹੈ ਉਹ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ, ਕਿਉਂਕਿ ਪਰਿਵਾਰ ਨੂੰ ਚਲਾਉਣ ਵਾਲਾ ਜਿਹੜਾ ਸ਼ਖਸ ਹੈ ਉਹ ਇੱਕ ਅਵਾਰਾ ਪਸ਼ੂ ਦਾ ਜੋ ਹੈ ਉਸਦੇ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਂਦਾ। ਤਾਂ ਇਹੀ ਕਾਰਨ ਹੈ ਕਿ ਇੱਥੇ ਅੱਜ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਤਾਂ ਇਹ ਉਹ ਲੋਕ ਨੇ ਜਿਹੜੇ ਹੁਣ ਤੱਕ ਗਊ ਰੱਖਿਆ ਦੀ ਗੱਲ ਕਰਦੇ ਰਹੇ ਨੇ, ਪਰ ਅੱਜ ਇਹਨਾਂ ਦੀ ਮੰਗ ਇਹ ਹੈ ਕਿ ਅਵਾਰਾ ਸੜਕਾਂ 'ਤੇ ਘੁੰਮਣ ਵਾਲੀਆਂ ਭਾਵੇਂ ਗਊਆਂ ਹੋਣ ਜਾਂ ਹੋਰ ਜਿਹੜੇ ਪਸ਼ੂ ਨੇ ਤਾਂ ਉਹਨਾਂ ਦੇ ਲਈ ਸ਼ੈਲਟਰ ਬਣਾਏ ਜਾਣ, ਔਰ ਜਿਹੜੇ ਲੋਕ ਇਹਨਾਂ ਪਸ਼ੂਆਂ ਨੂੰ ਸੜਕਾਂ ਦੇ ਉੱਤੇ ਅਵਾਰਾ ਛੱਡਦੇ ਨੇ ਉਹਨਾਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।